ਸਿੰਘ ਕਹਿੰਦੇ ਨੇ ਹੁਕਮ ਸੰਗਤ ਦਾ ਵੀ ਕੱਲ ਦਾ ਦੀਵਾਨ ਵਧਾਇਆ ਜਾਏ ਪਰ ਸਾਡੀ ਇਹ ਬੜੀ ਵੱਡੀ ਮਜਬੂਰੀ ਹੈ ਕੱਲ ਨੂੰ ਇੱਕ ਤੇ ਸੰਗਰਾਂਦ ਹੈ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਦੀਵਾਨ ਹੈ ਤੇ ਦੀਵਾਨ ਤੋਂ ਬਾਅਦ ਫਿਰ ਮੁਜ਼ੱਫਰਨਗਰ ਯੂਪੀ ਅਸੀਂ ਕੱਲ ਨੂੰ ਜਾਣਾ ਹੈ ਤੇ ਉੱਥੋਂ ਦੀਵਾਨ ਲਾ ਕੇ ਫਿਰ ਉਸ ਤੋਂ ਬਾਅਦ ਅਗਲੇ ਦਿਨ ਦਾ ਦੀਵਾਨ ਅੰਮ੍ਰਿਤਸਰ ਸਾਹਿਬ ਹੈ ਬਹੁਤ ਵੱਡੀ ਪੱਧਰ ਤੇ ਤੇ ਨਹੀਂ ਤੇ ਮੈਂ ਆਪੇ ਹੀ ਵਧਾ ਦੇਣਾ ਸੀ ਸੰਗਤ ਨੂੰ ਕਹਿਣਾ ਨਹੀਂ ਸੀ ਪੈਣਾ ਜੇ ਸਮਾਂ ਕੱਲ ਦਾ ਹੁੰਦਾ ਤੇ ਅਸੀਂ ਆਪੇ ਹੀ ਕੱਲ ਦਾ ਦੀਵਾਨ ਵਧਾ ਦਿੰਦੇ ਪਰ ਇਹ ਮਜਬੂਰੀ ਹੈ ਮੈਂ ਇਸ ਕਰਕੇ ਸੰਗਤ ਦਾ ਹੁਕਮ ਨਹੀਂ ਮੰਨ ਸਕਦਾ ਇਸ ਗੱਲ ਦੀ ਮਾਫੀ ਚਾਹੁੰਦਾ ਸੰਗਤ ਤੋਂ ਸੰਗਤ ਬਖਸ਼ਣਹਾਰ ਹੈ ਮਜਬੂਰੀ ਹੈ ਨਹੀਂ ਤੇ ਅਸੀਂ ਜ਼ਰੂਰ ਕੱਲ ਦਾ ਦੀਵਾਨ ਵਧਾ ਦਿੰਦੇ ਇਹ ਸਤਿਗੁਰੂ ਦੀ ਰਜਾ ਵਿੱਚ ਹੁਕਮ ਵਿੱਚ ਹੋਇਆ ਕੱਲ ਆ ਵੀ ਰਹੇ ਸਾਂ ਪਰ ਸੁਨਾਮ ਜਦੋਂ ਜ਼ਿਆਦਾ ਬਾਰਿਸ਼ ਪਈ ਇੱਥੋਂ ਫਿਰ ਸੁਨੇਹਾ ਚੱਲਿਆ ਗਿਆ ਵੀ ਤਿਆਰੀ ਨਹੀਂ ਹੋ ਸਕਦੀ ਤਾਂ ਕਰਕੇ ਕੱਲ ਦਾ ਦੀਵਾਨ ਰੱਦ ਹੋ ਗਿਆ ਫਿਰ ਗੁਰੂ ਸਾਹਿਬ ਨੇ ਸਮਾਂ ਬਖਸ਼ਿਆ ਆਪ ਜੀ ਦੇ ਦਰਸ਼ਨ ਕਰਾਂਗੇ ਸਰਬ ਸਾਧ ਸੰਗਤ ਦਾ ਧੰਨਵਾਦ ਪ੍ਰਬੰਧਕਾਂ ਦਾ ਵੱਡਾ ਉੱਦਮ ਹੈ ਜਦੋਂ ਵੀ ਉੱਦਮ ਕਰਨ ਇਹਨਾਂ ਸਿੰਘਾਂ ਦਾ ਡਟ ਕੇ ਸਾਥ ਦਿਆ ਕਰੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ ਜਿਨ੍ਹਾਂ ਨੇ ਇਸ ਭਾਗੀਆਂ ਘੜੀਆਂ ਬਖਸ਼ੀਆਂ ਹਾਂ ਇਹਨਾਂ ਬਚਨ ਜ਼ਰੂਰ ਕਰਨੇ ਆ ਤੁਹਾਡੇ ਨਾਲ ਬਈ ਸਾਲ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਕਰਾਂਗੇ ਗਰਮੀਆਂ ਵਿੱਚ ਜਾਂ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ 6 ਮਹੀਨਿਆਂ ਨੂੰ 8 ਮਹੀਨਿਆਂ ਨੂੰ ਜਾਂ 4 ਮਹੀਨਿਆਂ ਨੂੰ ਕਿਤੇ ਨਾ ਕਿਤੇ ਜਿੱਥੇ ਸੈੱਟ ਹੋ ਸਕਿਆ ਦੁਬਾਰਾ ਇੱਥੇ ਦੀਵਾਨ ਮੁਕਤਸਰ ਸਾਹਿਬ ਨੂੰ ਦੇ ਦਿਆਂਗੇ ਇਸ ਵਾਰੀ ਖਿਮਾ ਚਾਹੁੰਦੇ ਹਾਂ ਨਹੀਂ ਤੇ 1.5 ਸਾਲ 2 ਸਾਲ ਬਾਅਦ ਦੀਵਾਨ ਆਉਂਦੇ ਨੇ ਪਰ ਜ਼ਰੂਰ ਥੋੜ੍ਹੇ ਮਹੀਨਿਆਂ ਵਿੱਚ ਟਾਈਮ ਦੁਬਾਰਾ ਦੇ ਦਿਆਂਗੇ ਹੁਣ ਖਿਮਾ ਚਾਹੁੰਦੇ ਹਾਂ ਸਾਰੀ ਸੰਗਤ ਗੱਜ ਕੇ ਬੋਲੋ ਆਨੰਦ ਸਾਹਿਬ ਵਿੱਚ ਫਿਰ ਅਰਦਾਸ 'ਚ ਜੁੜਨਾ ਹੁਕਮਨਾਮੇ ਸਰਵਣ ਕਰਨੇ ਮੈਂ ਮਾਫ਼ੀ ਚਾਹੁੰਦਾ ਕਿਉਂਕਿ ਕੋਈ ਬਹੁਤੀਆਂ ਵਿਚਾਰਾਂ ਤੁਹਾਡੇ ਚਰਨਾਂ ਵਿੱਚ ਮੈਂ ਨਹੀਂ ਕਰ ਸਕਿਆ ਸਫ਼ਰ ਦੂਰ ਦਾ ਹੈ ਕੱਲ੍ਹ ਨੂੰ ਸਵੇਰ ਤੋਂ ਹੀ ਸਾਡੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਕਰਕੇ ਉੱਥੇ ਜਲਦੀ ਅੰਮ੍ਰਿਤ ਵੇਲੇ ਤੋਂ ਹੀ ਸ਼ੁਰੂ ਹੋ ਜਾਂਦੀ ਸੰਗਤ ਦਾ ਆਉਣਾ ਇਸ ਕਰਕੇ ਖਿਮਾ ਚਾਹੁੰਦਾ ਸਾਰੀ ਸੰਗਤ ਗੱਜ ਕੇ ਹੁਣ ਆਨੰਦ ਸਾਹਿਬ ਚ ਬੋਲੋ ਅਰਦਾਸ ਚ ਜੁੜਿਓ ਫਿਰ ਹੁਕਮਨਾਮੇ ਸੁਣਨੇ ਨੇ ਗੁਰੂ ਸਾਹਿਬ ਜਾਣਗੇ ਬਾਅਦ ਵਿੱਚ ਜਾਣਾ ਹੈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ ਸਤਿਗੁਰੂ ਦਾ ਸਤਿਕਾਰ ਜ਼ਰੂਰ ਮੁੱਖ ਰੱਖਣਾ ਹੈ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰੀ ਸ਼ਬਦ ਆਨੰਦ ਸਤਿਗੁਰੂ
صفت سلاح تیری نام من بساوے نام جن تے من رسیا وادی کہنا سچے شبد ترو ہو سیاد سچا نام میرا پار باجے شبد تک پار پاگے کارس پاگے شبد باجے کلاجت پر باقی ہو سگل منورت ترجمة
ਅੱਛਾ